ਦੇਸ਼ ਵਿਦੇਸ਼ ਵੱਸਦੇ ਪੰਜਾਬੀ ਵੀਰੋ, ਭੈਣੋ ਅਤੇ ਮਾਣਯੋਗ ਬਜ਼ੁਰਗੋ, ਅੱਜ ਅਸੀਂ ਸਬਕਾ ਟੀਵੀ 'ਤੇ ਇੱਕ ਮੁਲਾਕਾਤ ਪ੍ਰੋਗਰਾਮ ਵਿੱਚ ਇੱਕ ਐਸੀ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਆਵਾਜ਼ ਵਿੱਚ ਜਾਦੂਈ ਸ਼ਕਤੀ, ਬੋਲਾਂ ਵਿੱਚ ਡੂੰਘਾ ਗਿਆਨ ਅਤੇ ਇੱਕ ਅਜੀਬੋ ਗਰੀਬ ਨੂਰ ਹੈ ਜਿਹੜਾ ਕਿ ਸਾਰੇ ਹੀ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੂੰ ਇੱਕ ਰੂਹਾਨੀ ਕਨੈਕਸ਼ਨ ਦਿੰਦੀ ਹੈ, ਜਿਨ੍ਹਾਂ ਦੀ ਗੱਲਬਾਤ ਸੁਣ ਕੇ ਸਾਡਾ ਇੱਕ ਰੂਹ ਦਾ ਰਿਸ਼ਤਾ ਬਣ ਜਾਂਦਾ ਹੈ ਔਰ ਅਸੀਂ ਮਜਬੂਰ ਹੋ ਜਾਂਦੇ ਹਾਂ ਕਿ ਅਸੀਂ ਹੋਰ ਸੁਣੀਏ, ਹੋਰ ਸੁਣੀਏ, ਹੋਰ ਸੁਣੀਏ। ਜੀ ਹਾਂ, ਤੁਸੀਂ ਹੁਣ ਤੱਕ ਸਮਝ ਚੁੱਕੇ ਹੋਵੋਗੇ ਕਿ ਪਿਆਰ ਨਾਲ ਇਸ ਸ਼ਖਸੀਅਤ ਨੂੰ ਲੋਕ ਮਸਤਾਨਾ ਜੋਗੀ ਕਹਿੰਦੇ ਨੇ ਅਤੇ ਇਹਨਾਂ ਦਾ ਨਾਮ ਹੈ ਕਮਰਪਾਲ ਗਰੇਵਾਲ। ਨਿਊਜ਼ੀਲੈਂਡ ਦੀ ਧਰਤੀ 'ਤੇ ਸਵਾਗਤ ਹੈ ਜੀ ਕਮਰਪਾਲ ਜੀ। ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗੇ ਔਰ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੇ ਕਿ ਇਹ ਜਿਹੜਾ ਸਫ਼ਰ ਤੁਸੀਂ ਜਦੋਂ ਸ਼ੁਰੂ ਕੀਤਾ ਬਚਪਨ ਤੋਂ, ਲੇਕਿਨ ਬੱਚਿਆਂ ਦਾ ਸ਼ੌਕ ਹੁੰਦਾ ਹੈ ਗਾਇਕੀ ਨਾਲ ਜੁੜ ਕੇ ਕਿ ਅਸੀਂ ਫਿਲਮਾਂ 'ਚ ਗਾਈਏ, ਅਸੀਂ ਸਟੇਜਾਂ 'ਤੇ ਗਾਈਏ, ਜਾਂ ਕਿ ਉਹਨਾਂ ਦਾ ਇੱਕ ਆਈਡੀਅਲ ਹੁੰਦਾ ਹੈ ਜਿੱਦਾਂ ਕਿ ਗੁਰਦਾਸ ਮਾਨ ਜੀ ਹੈ, ਹੰਸਰਾਜ ਹੰਸ ਜੀ ਹੈ। ਤੁਹਾਡੀ ਗਾਇਕੀ ਨੂੰ ਦੇਖ ਕੇ ਇੱਕ ਜਿਹੜੀ ਫੀਲਿੰਗ ਆਉਂਦੀ ਹੈ ਕਿ ਤੁਹਾਡਾ ਰਿਸ਼ਤਾ ਉਸ ਅਕਾਲ ਪੁਰਖ ਨਾਲ ਜੁੜਿਆ ਹੋਇਆ ਹੈ, ਉਹ ਇੱਕ ਫੀਲਿੰਗ ਆਉਂਦੀ ਹੈ। ਤੁਹਾਨੂੰ ਇਹ ਰੀਅਲਾਈਜੇਸ਼ਨ ਕਦੋਂ ਹੋਈ ਕਿ ਤੁਹਾਡੀ ਜਿਹੜੀ ਗਾਇਕੀ ਵਿੱਚ ਇਹ ਰਿਸ਼ਤਾ, ਤੁਹਾਨੂੰ ਆਪਣਾਪਨ ਕਦੋਂ ਨਜ਼ਰ ਆਇਆ ਕਿ ਜਿਹ 'ਚ ਤੁਹਾਨੂੰ ਇਹ ਤੁਹਾਡੇ ਬੋਲਾਂ ਵਿੱਚ ਛਲਕਣ ਲੱਗ ਪਿਆ? ਦੋਸਤਾ, ਇੱਦਾਂ ਹੈ ਗੱਲ ਕਿ ਕਨੈਕਸ਼ਨ ਤਾਂ ਸਾਰਿਆਂ ਦਾ ਹੀ ਹੈ। ਜੇ ਆਪਾਂ ਜਿੰਨੀਆਂ ਵੀ ਰੂਹਾਂ ਇਸ ਬ੍ਰਹਿਮੰਡ ਦੇ ਵਿੱਚ ਹੈ ਤਾਂ ਕਨੈਕਸ਼ਨ ਤਾਂ ਸਾਰਿਆਂ ਦਾ ਸਾਡਾ ਉਸ ਮਾਲਕ ਨਾਲ ਹੀ ਹੈ। ਉਹ ਵੱਖਰੀ ਗੱਲ ਹੈ ਕਿ ਸਾਡੇ ਕਰਮਾਂ ਕਰਕੇ ਟੁੱਟਿਆ ਪਿਆ, ਪਰ ਉਸ ਨੂੰ ਜੋੜਨ ਵਾਸਤੇ ਅਸੀਂ ਆਏ ਹਾਂ। ਤਾਂ ਇਸ ਜਨਮ ਦੇ ਵਿੱਚ ਬੜੇ ਥੈਂਕਫੁਲ ਹਾਂ ਉਸ ਭਗਵਾਨ ਦੇ, ਉਸ ਮਾਲਕ ਦੇ, ਕਿ ਜਿਨ੍ਹਾਂ ਨੇ ਸੰਗੀਤ ਬਖਸ਼ਤਾ। ਤਾਂ ਸੰਗੀਤ ਮੇਰੇ ਖਿਆਲ 'ਚ ਸਭ ਤੋਂ ਨੇੜੇ ਦਾ ਜ਼ਰੀਆ ਹੈ ਮਾਲਕ ਤੱਕ ਪਹੁੰਚਣ ਦਾ, ਪਰ ਉਹ ਇਸ ਤਰ੍ਹਾਂ ਦਾ ਕਮਰਸ਼ੀਅਲ ਨਹੀਂ, ਇਹ ਨਹੀਂ। ਉਹ ਸਿਰਫ ਉਹੀ ਹੈ ਕਿ ਜਿਸ ਤਰ੍ਹਾਂ ਜਿਵੇਂ ਤਾਨਸੇਨ ਨੂੰ ਕਿਹਾ ਸੀ ਰਾਜੇ ਨੇ ਕਿ ਤੂੰ ਬਹੁਤ ਅੱਛਾ ਗਵਾਈਆ ਹੈ, ਇੰਨਾ ਅੱਛਾ ਗਾਉਣਾ, ਤੂੰ ਬੁਝੇ ਹੋਏ ਦੀਪ ਜਗਾ ਦਿੰਦਾ, ਬਾਰਿਸ਼ ਪਵਾ ਦਿੰਦਾ, ਐਸੇ ਰਾਗ ਛੇੜਦਾ ਤੂੰ, ਤਾਂ ਤੇਰਾ ਉਸਤਾਦ ਕੈਸਾ ਹੋਊਗਾ? ਤਾਂ ਤਾਨਸੇਨ ਨੇ ਇੱਕੋ ਗੱਲ ਆਖੀ ਸੀ, ਕਹਿੰਦਾ ਜੀ ਮੇਰੇ ਉਸਤਾਦ ਮੋਹਰਾਂ ਦੀ ਖਾਤਰ ਨਹੀਂ ਗਾਉਂਦੇ। ਹਰੀਦਾਸ ਕਦੇ ਕਹਿੰਦੇ ਉਹ ਤੁਹਾਡੇ ਦਰਬਾਰ 'ਚ ਆ ਕੇ ਮੋਹਰਾਂ ਦੀ ਖਾਤਰ ਜਿਸ ਤਰ੍ਹਾਂ ਮੈਂ ਗਾਉਣਾ ਹੈ ਉਸ ਤਰ੍ਹਾਂ ਨਹੀਂ ਗਾਊਗਾ। ਤਾਂ ਜਿਹੜਾ ਡਿਫਰੈਂਸ ਇੱਥੇ ਆਪਾਂ ਨੂੰ ਦਿਖ ਰਿਹਾ ਹੈ ਤਾਨਸੇਨ ਔਰ ਹਰੀਦਾਸ ਦੇ ਵਿੱਚ, ਇਹ ਸਾਡੇ ਵਰਗੇ ਲੋਕਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਤਾਨਸੇਨ ਵਾਂਗੂ ਮੋਹਰਾਂ ਦੀ ਖਾਤਰ ਗਾ ਦਿੰਦੇ ਹਾਂ, ਪਰ ਹਰੀਦਾਸ ਕੋਲ ਰਾਜੇ ਨੂੰ ਆਪ ਚੱਲ ਕੇ ਜਾਣਾ ਪਿਆ ਸੀ। ਤਾਂ ਛੱਪਰੀ ਦੇ ਬਾਹਰ ਖੜਾ ਵੀ ਵੇਟ ਕਰ ਰਿਹਾ ਸੀ ਕਿ ਕਦੋਂ ਉਹ ਅਨਹਦ ਨਾਦ ਵੱਜਣਗੇ, ਕਦੋਂ ਉਹਦੇ ਅੰਦਰੋਂ ਜਿਹੜੀ ਆਵਾਜ਼ ਹਰੀਦਾਸ ਦੇ ਆਉਣੀ ਹੈ। ਤਾਂ ਉਹਨਾਂ ਨੇ ਸਾਕਸ਼ਾਤ ਦੇਖਿਆ ਸੀ ਕਿ ਜਦੋਂ ਉਹਨਾਂ ਦਾ ਰਾਗ ਜਦੋਂ ਉਹਨਾਂ ਨੇ ਲਾਪਿਆ ਤਾਂ ਉੱਥੇ ਪੰਛੀ ਬੈਠੇ ਸੀ ਆਸੇ ਪਾਸੇ, ਤਾਂ ਉਹ ਸੁਣ ਰਹੇ ਸੀ। ਤਾਂ ਸੰਗੀਤ ਮੇਰੇ ਖਿਆਲ 'ਚ ਇਹ ਦੋ ਕਰੈਕਟਰ ਹੈ, ਹਰੀਦਾਸ ਅਤੇ ਤਾਨਸੇਨ। ਤਾਂ ਹੁਣ ਇਹ ਸਾਡੇ 'ਤੇ ਹੈ ਕਿ ਅਸੀਂ ਇਸ ਨੂੰ ਕਿਸ ਤਰ੍ਹਾਂ ਲੈਣਾ ਹੈ। ਜੇ ਹਰੀਦਾਸ ਵਾਂਗੂ ਨੰਗ ਮਲੰਗ ਹੋ ਕੇ ਸਿਰਫ ਅਤੇ ਸਿਰਫ ਉਹਦੇ ਲਈ ਗਾਵਾਂਗੇ ਤਾਂ ਭਗਵਾਨ ਹਾਜ਼ਰ ਹੈ। ਜੇ ਮਾਇਆ ਪਿੱਛੇ, ਪਦਾਰਥਾਂ ਪਿੱਛੇ ਪੈ ਕੇ ਇਹਨੂੰ ਇੱਧਰਲੇ ਪਾਸੇ ਵਰਤਾਂਗੇ ਤਾਂ ਬਾਬਾ ਫਿਰ ਕਲੀਅਰ ਹੈ ਕਿ ਫਿਰ ਸਿਰਫ ਅਤੇ ਸਿਰਫ ਇੱਕ ਬਿਜ਼ਨਸ ਹੈ, ਅੰਦਰ ਦੀ ਸ਼ਾਂਤੀ ਦਾ ਫਿਰ ਇਹਦੇ ਨਾਲ ਕੋਈ ਲਗਾ ਦੇਗਾ ਨਹੀਂ। ਬਹੁਤ ਖੂਬ, ਔਰ ਇਹ ਛਲਕਦਾ ਵੀ ਹੈ ਤੁਹਾਡੀ ਗਾਇਕੀ 'ਚ
ਕਿ ਜਦੋਂ ਅਸੀਂ ਸੁਣਦੇ ਹਾਂ ਤੁਹਾਡੇ ਅਲਫਾਜ਼, ਜਿਹੜੀ ਲਿਰਿਕਸ ਹੈ, ਉਹਨਾਂ ਬੋਲਾਂ ਵਿੱਚ ਇੱਕ ਸਕੂਨ ਹੈ, ਮਨ ਦੀ ਸ਼ਾਂਤੀ ਹੈ, ਜਿਹਦੇ ਕੋਲੋਂ ਕਿ ਸਾਰੀ ਬਹੁਤ ਸਾਰੀ ਦੁਨੀਆ, ਮੇਰੇ ਵਰਗੇ ਅਗਿਆਨ ਅਣਜਾਣ ਲੋਕ ਜਦੋਂ ਸਭ ਕੁਝ ਕਰਕੇ ਵੀ ਖੁਸ਼ ਨਹੀਂ ਹੈ, ਆਂਤਰਿਕ ਖੁਸ਼ੀ ਨਹੀਂ ਹੈ, ਲੇਕਿਨ ਜਦੋਂ ਤੁਹਾਡਾ ਸੰਗੀਤ ਔਰ ਤੁਹਾਡੇ ਜਿਹੜੇ ਬੋਲ ਆ ਉਹ ਸੁਣਦੇ ਆ, ਸਾਨੂੰ ਸਕੂਨ ਮਿਲਦਾ ਹੈ। ਇਹਦੇ ਨਾਲ ਲੱਗਦਾ ਹੀ ਇੱਕ ਸਵਾਲ ਇਹ ਹੈ ਕਿ ਵੀ ਸਾਨੂੰ 90% ਜਾਂ 99% ਲੋਕਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕੀ ਕਰ ਰਹੇ ਹਾਂ ਅਤੇ ਕਿਉਂ ਕਰ ਰਹੇ ਹਾਂ। ਤੁਹਾਡੀ ਜਿਹੜੀ ਗਾਇਕੀ ਹੈ ਉਹਦੇ ਨਾਲ ਇੱਕ ਜੁੜਿਆ ਹੋਇਆ ਸਵਾਲ ਹੈ ਕਿ 90% ਗਾਇਕੀ ਪਹਿਲਾਂ ਉਹਦੇ ਬੋਲ ਲਿਖੇ ਜਾਂਦੇ ਨੇ, ਲਿਰਿਕਸ ਕੁਛ ਹੋਰ ਕੋਈ ਹੋਰ ਲਿਖਦਾ ਹੈ, ਫਿਰ ਉਹਦੀ ਤਰਜ਼ ਕੋਈ ਹੋਰ ਬਣਾਉਂਦਾ ਹੈ, ਮਿਊਜ਼ਿਕ ਕੋਈ ਹੋਰ ਦਿੰਦਾ ਹੈ, ਅਤੇ ਗਾਇਕ ਉਹਨੂੰ ਸਿਰਫ ਗਾਉਂਦਾ ਹੈ। ਤੁਸੀਂ ਆਪਣੇ ਜਿਹੜੇ ਬੋਲ ਖੁਦ ਬੋਲਦੇ ਹੋ, ਲਿਖਦੇ ਹੋ, ਔਰ ਉਹਨਾਂ ਨੂੰ ਆਪਣੀ ਰੂਹ 'ਚ ਫੀਲ ਕਰਕੇ ਗਾਉਂਦੇ ਹੋ, ਔਰ ਉਹ ਸਾਨੂੰ ਪਤਾ ਵੀ ਲੱਗਦਾ ਹੈ, ਉਹ ਵਾਈਬ੍ਰੇਸ਼ਨ ਜਿਹੜੀ ਹੈ ਪਹੁੰਚਦੀ ਹੈ। ਔਰ ਇਹਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਤੁਸੀਂ ਅੱਜ ਦੇ ਗਾਇਕਾਂ ਨੂੰ ਕੁਛ ਸੰਦੇਸ਼ ਇਹ ਦੇਣਾ ਚਾਹੋਗੇ ਕਿ ਇਹਦੇ ਵਿੱਚ ਜਿਹੜਾ ਗਾਇਕੀ ਇੰਨਾ ਇੱਕ ਪਾਕ ਸਾਫ ਜ਼ਰੀਆ ਹੈ ਉਸ ਸੋਰਸ ਨਾਲ ਕਨੈਕਟ ਹੋਣ ਦਾ ਜਿੱਥੋਂ ਅਸੀਂ ਆਏ ਹਾਂ, ਕਹਿੰਦੇ ਏਕ ਨੂਰ ਸੇ ਸਭ ਜਗ ਉਪਜਿਆ, ਸੋ ਉਸ ਸੋਰਸ ਤੋਂ ਅਸੀਂ ਆਏ ਹਾਂ, ਚਾਹੇ ਦੇਖਣ ਨੂੰ ਅਸੀਂ ਵੱਖਰੇ ਲੱਗਦੇ ਹਾਂ, ਪਹਿਰਾਵਾ ਸਾਡਾ ਵੱਖਰਾ ਹੈ, ਲੇਕਿਨ ਅੰਦਰ ਸਾਡਾ ਉਹੀ ਹੈ ਕਿ ਜੇ ਅਸੀਂ ਤੁਹਾਡੇ ਗਾਇਕੀ ਤੋਂ ਇੱਕ ਸਮਝ ਲੱਗਦੀ ਹੈ ਕਿ ਅਸੀਂ ਤੁਸੀਂ ਹਰ ਸਵਾਲ ਪੁੱਛਦੇ ਹੋ ਆਪਣੀ ਗਾਇਕੀ 'ਚ ਕਿ ਸਾਡਾ ਇੱਥੇ ਆਉਣ ਦਾ ਪਰਪਜ਼ ਕੀ ਹੈ, ਸੋ ਤੁਹਾਡਾ ਕੀ ਸੰਦੇਸ਼ ਹੋਏਗਾ ਗਾਇਕਾਂ ਨੂੰ ਜਾਂ ਆਪਣੇ ਸੁਣਨ ਵਾਲਿਆਂ ਨੂੰ ਕਿ ਤਾਂ ਕਿ ਉਹ ਜਲਦੀ ਉਸ ਸੋਰਸ ਨਾਲ ਕਨੈਕਟ ਹੋ ਸਕਣ ਔਰ ਆਪਣਾ ਮੰਤਵ ਲੱਭ ਸਕਣ? ਨਹੀਂ ਦੋਸਤਾ, ਇੱਦਾਂ ਦਾ ਕੁਛ ਨਹੀਂ ਹੈ। ਇੱਥੇ ਬਾਕੀਆਂ ਨੂੰ ਸਮਝਣ ਸਮਝਾਉਣ ਵਾਲੀ ਬਾਤ ਨਹੀਂ ਹੈ ਜੇ ਤੁਸੀਂ ਪਿਓਰਿਟੀ 'ਚ ਬੋਲਦੇ ਹੋ, ਠੀਕ ਹੈ। ਅੱਜ ਕੱਲ੍ਹ ਅਸੀਂ ਲੋਕ ਹਾਂ, ਬੜੇ ਤੇਜ਼ ਲੋਕ ਹੈ, ਤਾਂ ਸਾਨੂੰ ਕਰੈਕਟਰ ਬਦਲਣਾ ਆਉਂਦਾ ਹੈ, ਤਾਂਹੀਓ ਅੱਜ ਕੱਲ੍ਹ ਸਾਡੇ ਸਮਾਜ 'ਚ ਕਹਿਣੀ ਔਰ ਕਰਨੀ ਸਾਡੇ ਵਰਗੇ ਲੋਕਾਂ ਦੀ ਬਦਲ ਗਈ ਹੈ। ਤਾਂ ਹੁਣ ਤੁਹਾਨੂੰ ਨਹੀਂ ਪਤਾ ਕਿ ਮੇਰੇ ਮਨ ਦੀ ਹਾਲਤ ਕੀ ਹੈ, ਠੀਕ ਹੈ। ਲੋਹੀ ਦੇਖ ਕੇ ਜਾਂ ਬਹੁਤ ਸਾਦਾਪਨ ਦੇਖ ਕੇ ਹਰ ਇੱਕ ਬੰਦਾ ਮੇਰੇ ਖਿਆਲ ਜੋ ਵੀ ਇੰਟਰਵਿਊ ਕਰਦਾ ਤਾਂ ਉਹ ਇਹੀ ਕਹਿੰਦਾ ਕਿ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ। ਨਹੀਂ, ਇੱਦਾਂ ਦਾ ਕੋਈ ਮਸਲਾ ਨਹੀਂ ਹੈ, ਹਜੇ ਤਾਂ ਮੇਰਾ ਆਪਦਾ ਕੰਮ ਬਹੁਤ ਪਿਆ ਕਰਨ ਵਾਲਾ। ਤਾਂ ਹਾਂ, ਦੂਸਰਿਆਂ ਨੂੰ ਮੈਂ ਉਦੋਂ ਦੱਸ ਸਕਦਾ ਜਦੋਂ ਮੈਂ 100% ਆਪ ਪ੍ਰੈਕਟੀਕਲ ਕਰ ਲਿਆ ਕੰਮ। ਹਜੇ ਤਾਂ ਸਿਰਫ ਮੈਨੂੰ ਇੱਕ ਸਟਰਕਚਰ ਪਤਾ ਲੱਗਿਆ ਕਿ ਮੈਂ ਕਰਨਾ ਕੀ ਹੈ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕੀ ਕਰਨਾ ਅਤੇ ਕਿਉਂ ਕਰਨਾ। ਹਾਂ, ਇਹ ਹੁਣ ਬੇਬੇ ਹੋਰਾਂ ਦੀਆਂ ਗੱਲਾਂ ਸੁਣ ਸੁਣ ਕੇ ਸਿਰਫ ਇੰਨਾ ਪਤਾ ਲੱਗ ਗਿਆ ਕਿ ਇਕੱਲਾ ਇੱਥੇ ਪਦਾਰਥਾਂ ਦੀ ਦੌੜ 'ਚ ਮਰਨ ਵਾਲਾ ਇਹ ਸਫ਼ਰ ਨਹੀਂ ਹੈ, ਇੱਥੇ ਹੋਰ ਬੜਾ ਕੁਛ ਕਰਨ ਵਾਲਾ ਹੈ। ਬਾਹਰ ਦੇ ਮੰਦਰ, ਮਸਜਿਦ, ਗੁਰਦੁਆਰੇ ਨਾਲੋਂ ਜਿਹੜਾ ਅੰਦਰ ਦਾ ਟੈਟੇਰੀ ਹੋਇਆ ਪਿਆ, ਉਸ ਬਿਲਡਿੰਗ ਨੂੰ ਦੁਬਾਰਾ ਖੜ੍ਹਾ ਕਰਨਾ, ਤਾਂ ਉਹ ਮੇਰੇ ਖਿਆਲ 'ਚ ਬੰਦਗੀ ਬਿਨਾਂ ਹੋਣੀ ਨਹੀਂ, ਤਾਂ ਹੋਣੀ ਨਹੀਂ। ਇਸ ਕਰਕੇ ਕਿਸੇ ਨੂੰ ਸੁਨੇਹਾ ਨਹੀਂ ਹੈ, ਹਾਲੇ ਤਾਂ ਆਪਦੇ ਆਪ ਨੂੰ ਆਵਾਜ਼ਾਂ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਜੇ ਮਨ ਮੰਨ ਜੇ ਤਾਂ ਇਹ ਮੰਨਣਾ ਦੋਸਤਾਂ ਸਿਮਰਨ ਨਾਲ ਹੀ ਹੈ ਕਿ ਸਾਡੇ ਕਰਮ, ਸਾਡਾ ਧਰਮ, ਇਹ ਦੋ ਪਹੀਏ ਹੈ, ਜਿਹੜੇ ਇਹਨਾਂ ਨੂੰ ਬਰਾਬਰ ਚਲਾ ਲੈਣਗੇ ਤਾਂ ਉਹ ਇਸ ਪਵ ਜਲ 'ਚੋਂ ਲੰਘ ਜਾਣਗੇ, ਨਹੀਂ ਤਾਂ ਫਸੇ ਪਏ ਹਾਂ ਦੋਸਤਾਂ। ਤਾਂ ਬਾਕੀ ਸੱਚ ਸਭ ਨੂੰ ਪਤਾ ਹੈ ਮੇਰੇ ਖਿਆਲ 'ਚ, ਜਿਸ ਤਰ੍ਹਾਂ ਦਾ ਮੈਂਟਲ ਸੈਟਅਪ ਸਾਨੂੰ ਮਾਲਕ ਨੇ ਦਿੱਤਾ ਹੋਇਆ ਤਾਂ ਸੱਚ ਕਿਸੇ ਤੋਂ ਵੀ ਲੁਕਿਆ ਹੋਇਆ ਨਹੀਂ। ਸਭ ਨੂੰ ਪਤਾ ਹੈ ਕਿ ਮੈਂ ਕੀ ਠੀਕ ਕਰ ਰਿਹਾ, ਮੈਂ ਕੀ ਗਲਤ ਕਰ ਰਿਹਾ, ਠੀਕ ਹੈ। ਇਹ ਅਸੀਂ ਅੱਖਾਂ 'ਤੇ ਪੱਟੀਆਂ ਜਾਣ ਬੁੱਝ ਕੇ ਬੰਨੀਆਂ ਹੋਈਆਂ, ਪਰ ਜਿਸ ਦਿਨ ਅਸੀਂ ਆਪਣੇ ਆਪ ਸਾਹਮਣੇ ਨੰਗੇ ਚਿੱਟੇ ਹੋ ਕੇ ਖੜ੍ਹ ਜਾਣ ਕਿ ਮੈਂ ਇੱਦਾਂ ਦਾ ਹੈ, ਬਖਸ਼ ਦੇ, ਕਿਉਂਕਿ ਮਾਲਕ ਬਾਹਰ ਤਾਂ ਹੈ ਹੀ ਨਹੀਂ, ਉਹ ਤਾਂ ਅੰਦਰ ਹੀ ਹੈ, ਤਾਂ ਆਵਾਜ਼ ਬਾਹਰ ਤਾਂ ਮਾਰਨ ਦੀ ਲੋੜ ਹੀ ਨਹੀਂ। ਅੰਦਰੇ ਅਸੀਂ ਇਹ ਸਵੀਕਾਰ ਕਰਨਾ ਹੈ ਕਿ ਮੈਂ ਇੱਕ ਈਗੋਇਸਟਿਕ ਬੰਦਾ ਹੈ,
ਮੈਂ ਹੰਕਾਰ ਦਾ ਵੀ ਭਰਿਆ ਹੋਇਆ, ਪੰਜੇ ਹੀ ਮੇਰੇ 'ਚ ਬਹੁਤ ਨੇ। ਮੈਂ ਆਪਦੀ ਗੱਲ ਕਰਾਂ ਤਾਂ ਮੈਂ ਕਾਮੀ ਵੀ ਹਾਂ, ਕ੍ਰੋਧੀ ਵੀ ਹਾਂ, ਲੋਭੀ ਵੀ ਹਾਂ, ਹੰਕਾਰੀ ਵੀ ਹਾਂ, ਮੋਹ 'ਚ ਵੀ ਫਸਿਆ ਹੋਇਆ। ਤਾਂ ਮਾਇਆ, ਅਸੀਂ ਕੱਲ੍ਹ ਵੀ ਗੱਲ ਕਰਦੇ ਸੀ ਕਿ ਮਾਇਆ ਜਿਹਦੇ 'ਚ ਅਸੀਂ ਫਸੇ ਹੋਏ ਹਾਂ, ਤਾਂ ਉਹ ਇਕੱਲਾ ਪੈਸਾ ਹੀ ਨਹੀਂ ਹੈ, ਇਹ ਨਿਊਜ਼ੀਲੈਂਡ ਦਾ ਡਾਲਰ ਹੀ ਇਕੱਲੀ ਮਾਇਆ ਨਹੀਂ ਹੈ। ਮਾਇਆ ਤਾਂ ਇੱਕ ਮਾਂ ਦੀ ਬੁੱਕਲ 'ਚ ਪਿਆ ਪੁੱਤ ਵੀ ਮਾਇਆ ਹੈ। ਤਾਂ ਸਾਡੇ ਸੰਤ ਮਸਕੀਨ ਜੀ ਕਹਿੰਦੇ ਹੁੰਦੇ ਆ, ਬੜੀ ਖੂਬਸੂਰਤ ਗੱਲ ਹੈ, ਕਹਿੰਦੇ ਸੱਜਣੋ ਇਸ ਬ੍ਰਹਿਮੰਡ ਦੀ ਕੋਈ ਵੀ ਉਹ ਚੀਜ਼ ਜਿਹਦੇ ਕਰਕੇ ਤੁਸੀਂ ਭਗਵਾਨ ਭੁੱਲਦੇ ਹੋ, ਉਹ ਮਾਇਆ ਹੈ। ਤਾਂ ਹੁਣ ਤੁਸੀਂ ਦੇਖੋ ਸਾਡੇ ਸਾਡੇ ਆਲੇ ਦੁਆਲੇ ਐਸੇ ਕਿੰਨੇ ਪਦਾਰਥ, ਐਸੇ ਕਿੰਨੇ ਆਕਾਰ ਨੇ ਜਿਨ੍ਹਾਂ ਨੂੰ ਦੇਖ ਦੇਖ ਕੇ ਅਸੀਂ ਸਿਰਫ ਅਤੇ ਸਿਰਫ ਉਹਦੇ ਬਾਰੇ ਗੱਲ ਕਰਨ ਲੱਗ ਜਾਂਦੇ ਹਾਂ, ਭਗਵਾਨ ਪਾਸੇ ਹੋ ਜਾਂਦਾ। ਤਾਂ ਇਹ ਮਾਇਆ ਹੀ ਹੈ, ਇਸ ਕਰਕੇ ਸੁਨੇਹਾ ਕਿਸੇ ਨੂੰ ਕੋਈ ਨਹੀਂ ਹੈ, ਬਸ ਇੱਕ ਰਾਏ ਮਸ਼ਵਰਾ ਹੁੰਦਾ ਸੱਜਣਾਂ ਦਾ ਸਾਰਿਆਂ ਦਾ, ਕਿਉਂਕਿ ਆਪਾਂ ਸਾਰੇ ਉਸ ਰੱਬ ਦੇ ਬੰਦੇ ਹਾਂ। ਤਾਂ ਵਾਪਸ ਜਾਣ ਦਾ ਕੋਈ ਨਾ ਕੋਈ ਪਲਾਨ ਕਰ ਸਕਦੇ ਹਾਂ, ਡਿਸਕਸ ਕਰ ਸਕਦੇ ਹਾਂ ਕਿ ਆਪਾਂ ਨੂੰ ਯਾਰ 24 ਘੰਟੇ ਆਪਣੇ ਕੋਲ 24,000 ਸਵਾਸ ਹੈ, ਤਾਂ ਇਕੱਲੇ ਇਕੱਲੇ ਸਵਾਸ ਨੂੰ ਆਪਾਂ ਕਿਸ ਤਰ੍ਹਾਂ ਲੇਖੇ ਲਾਉਣਾ ਹੈ। ਬਾਬਾ ਜੀ ਹੋਰਾਂ ਨੂੰ ਮਿਲ ਕੇ ਹਟੇ ਹਾਂ, ਤਾਂ ਉਹਨਾਂ ਦੇ ਚਿਹਰੇ ਤੋਂ ਨੂਰ ਦੱਸਦਾ ਹੈ ਕਿ ਇਹ ਬੰਦਾ ਦੁਨੀਆਂ ਦੇ ਕੰਮਾਂ 'ਚ ਹੈ ਹੀ ਨਹੀਂ। ਇਹਨਾਂ ਦਾ ਮੇਰੇ ਲੱਗਦਾ ਹੈ, ਸ਼ਿਓਰਿਟੀ ਕਿਸੇ ਵਾਸਤੇ ਨਹੀਂ ਹੈ, ਪਰ ਉਹਨਾਂ ਨੂੰ ਦੇਖ ਕੇ ਐਂ ਲੱਗਦਾ ਕਿ ਉਹਨਾਂ ਦੇ 24 ਘੰਟੇ ਬੜੇ ਸਲਾਮਤ ਹੈ, ਸਾਂਭ ਰੱਖਿਆ ਉਹਨਾਂ ਨੇ ਇਕੱਲਾ ਇਕੱਲਾ ਸਾਹ। ਤਾਂ ਸਾਨੂੰ ਇਹਨਾਂ ਵਰਗੇ ਬਣਨ ਦੀ ਲੋੜ ਹੈ। ਇੱਕ ਸਵਾਸ ਦਾ ਭਰੋਸਾ ਨਹੀਂ ਹੈ ਸਾਨੂੰ, ਔਰ ਜਿਵੇਂ ਤੁਸੀਂ ਪੰਜੇ ਗੱਲਾਂ ਦੱਸੀਆਂ ਕਿ ਹੋਮਾ, ਅਹੰਕਾਰ, ਕਾਮ, ਕ੍ਰੋਧ, ਇਹਨਾਂ 'ਤੇ ਵਸ਼, ਇਹਨਾਂ 'ਤੇ ਵਸ਼ ਕਰਨਾ, ਇਹਨਾਂ ਨੂੰ ਕੰਟਰੋਲ ਕਰਨਾ ਬਹੁਤ ਹੀ ਔਖਾ ਹੈ। ਗ੍ਰਸਤ ਜੀਵਨ ਜਿਹੜਾ ਹੈ ਉਹ ਵੀ ਬਹੁਤ ਸਰਵੋਤਮ ਹੈ, ਔਰ ਤੁਸੀਂ ਆਪਣਾ ਗ੍ਰਸਤ ਜੀਵਨ ਹੁਣੇ ਹੁਣੇ ਸ਼ੁਰੂ ਕੀਤਾ ਹੈ ਜੀ। ਤੁਸੀਂ ਆਪਣੇ ਇਸ ਗ੍ਰਸਤ ਜੀਵਨ ਦੇ ਨਾਲ ਨਾਲ ਜਿਹੜਾ ਇੰਨਾ ਇੱਕ ਟੀਚਾ ਤੁਹਾਡੇ ਮੁਤਾਬਕ ਜੋ ਤੁਸੀਂ ਆਪਣੇ ਅੰਦਰ ਧਾਰਿਆ ਹੈ, ਕੋਸ਼ਿਸ਼ ਕਰ ਰਹੇ ਹੋ ਆਪਣੇ ਆਪਣੇ ਮੁਤਾਬਕ, ਉਹ ਬੈਲੈਂਸ ਕਿਵੇਂ ਰੱਖ ਪਾਉਂਦੇ ਹੋ ਆਪਣੇ ਰੁਝੇਵੇਂ 'ਚੋਂ, 24 ਘੰਟਿਆਂ 'ਚੋਂ ਉਹ ਬੈਲੈਂਸ ਕਿਵੇਂ ਰੱਖਦੇ ਹੋ ਕਿ ਆਪਣੇ ਚਾਹ ਵਾਣ ਵਾਲਿਆਂ, ਸੁਣਨ ਵਾਲਿਆਂ ਦੇ ਲਈ ਟਾਈਮ, ਆਪਣੇ ਤੁਹਾਡੇ ਕਮਰਸ਼ੀਅਲ ਜਿਹੜਾ ਮੈਨੇਜ ਕਰਦੇ ਆ ਉਹਨਾਂ ਲਈ ਟਾਈਮ, ਔਰ ਆਪਣੀ ਫੈਮਿਲੀ ਟਾਈਮ ਤੁਸੀਂ ਕਿਵੇਂ ਮੈਨੇਜ ਕਰਦੇ ਹੋ? ਮੈਨੂੰ 5 ਸਾਲ ਹੋ ਗਏ ਬੇਬੇ ਕੋਲ ਰਹਿੰਦਿਆਂ ਨੂੰ, ਕੁਟੀਆ 'ਚ, ਤਾਂ ਲੁਧਿਆਣੇ ਦੇ ਲਾਗੇ ਇੱਕ ਕੁਟੀਆ ਹੈ। ਤਾਂ ਪਹਿਲੋਂ ਮੈਂ ਮੇਰਾ ਜਦੋਂ ਮੇਰੀ ਮੇਰਾ ਵਿਆਹ ਨਹੀਂ ਹੋਇਆ ਸੀ ਤਾਂ ਉਸ ਵੇਲੇ ਵੀ ਉੱਦਾਂ ਹੀ ਸੀ, ਤਾਂ ਹੁਣ ਵਿਆਹ ਹੋ ਗਿਆ ਤਾਂ ਮੇਰੇ ਖਿਆਲ 'ਚ ਸਿਰਫ ਇੰਨਾ ਹੀ ਹੈ ਕਿ ਕੁਟੀਆ 'ਚ ਇੱਕ ਸੇਵਾਦਾਰ ਹੋਰ ਆ ਗਿਆ। ਤਾਂ ਬਾਕੀ ਮਿਲਣ ਵਾਲਾ ਕੰਮ ਦੋਸਤ ਆ, ਉੱਥੇ ਕੋਈ ਕਿਸੇ ਨੂੰ ਕਿਸੇ ਅਪਾਇੰਟਮੈਂਟ ਦੀ ਲੋੜ ਨਹੀਂ ਹੈ, ਉੱਥੇ ਅਸੀਂ ਸਾਰਾ ਘਰ ਦਾ ਕੰਮ ਕਾਰ, ਅਸੀਂ 7 ਸੇਵਾਦਾਰ ਹਾਂ ਉੱਥੇ, ਤਾਂ ਸਾਰਾ ਘਰ ਦਾ ਕੰਮ ਕਾਰ ਕਰਦੇ ਹੁੰਦੇ ਹਾਂ। ਤਾਂ ਕੋਈ ਵੀ ਸੱਜਣ ਆ ਜਾਂਦਾ ਹੈ, ਕੋਈ ਮਿਲਣ ਵਾਲਾ, ਜਿਵੇਂ ਤੁਹਾਡੇ ਇੱਧਰੋਂ ਬਾਹਰਲੇ ਮੁਲਕਾਂ 'ਚੋਂ ਬਹੁਤ ਸੱਜਣ ਉੱਧਰ ਜਦੋਂ ਪੰਜਾਬ ਜਾਂਦੇ ਆਪਣੇ ਘਰਾਂ ਨੂੰ, ਤਾਂ ਉਹਨਾਂ 'ਚੋਂ ਕਈਆਂ ਦੀ ਇੱਛਾ ਹੁੰਦੀ ਹੈ ਕਿ ਮੈਂ ਜਾ ਕੇ ਉਹਨੂੰ ਮਿਲ ਕੇ ਆਵਾਂ। ਤਾਂ ਇਸ ਤਰ੍ਹਾਂ ਦਾ ਕੁਛ ਨਹੀਂ ਹੈ, ਉੱਥੇ ਕੰਮ ਕਾਰ ਕਰਦਿਆਂ ਕਰਦਿਆਂ ਹੀ ਕਿਸੇ ਨਾਲ ਚਾਹ ਸਾਂਝੀ ਕਰ ਲਈ ਦੀ ਹੈ, 2 ਬੋਲ ਸਾਂਝੇ ਕਰ ਲਈ ਦੇ ਹੈ, ਤਾਂ ਉਹ ਬਾਕੀ ਕੁਛ ਵੀ ਨਹੀਂ ਹੈ। ਇਹ ਠੀਕ ਹੈ, ਜੇ ਇਹਨੂੰ ਅਗਿਆਨਤਾ ਵੱਸ ਹੋ ਕੇ ਮੰਨ ਲਾਂ ਤਾਂ ਇਹ ਬਹੁਤ ਕੁਛ ਹੈ ਕਿ ਮੈਂ ਬੜੀ ਵੱਡੀ ਹਸਤੀ ਹਾਂ, ਮੈਂ ਮਸ਼ਹੂਰ ਹੋ ਗਿਆ, ਪੈਸਾ ਆ ਗਿਆ, ਪਰ ਜੇ ਗੁਰੂ ਦੀ ਮੱਤ ਲੈ ਕੇ ਦੇਖੀਏ ਤਾਂ ਇਹ ਕੁਛ ਵੀ ਨਹੀਂ ਹੈ ਜੀ। ਇਹ ਕੁਛ ਵੀ ਨਹੀਂ ਹੈ, ਯਾਤਰਾ ਹੈ ਤੁਹਾਡੀ ਔਰ ਮੇਰੀ। ਆਪਾਂ ਦੋਵੇਂ ਬਾਣੀਆਂ ਦੀ ਦੁਕਾਨ 'ਤੇ ਚਲੇ ਗਏ ਸੌਦਾ ਲੈਣ, ਤਾਂ ਤੁਸੀਂ ਵੀ ਸੌਦਾ ਲੈ ਲਿਆ, ਮੈਂ ਵੀ ਲੈ ਲਿਆ, ਮੈਨੂੰ ਥੋੜ੍ਹਾ ਜਿਹਾ ਰੂੰਗਾ ਦਿੱਤਾ ਉਹਨੇ ਨਾਲ, ਤਾਂ ਇਹ ਭਗਵਾਨ ਵੱਲੋਂ ਬਸ ਇਹ ਰੂੰਗਾ ਹੈ। ਤਾਂ ਇਸ ਰੂੰਗੇ ਨੂੰ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਦਿਲ 'ਤੇ ਲਾਉਣਾ ਚਾਹੀਦਾ। ਰੱਬ ਦੇ ਬੰਦੇ ਆ, ਸਾਰਿਆਂ ਨੂੰ ਪਿਆਰ ਕਰੋ, ਸਭ ਦਾ ਸਤਿਕਾਰ ਕਰੋ, ਕਿਤੋਂ ਅੱਛੀ ਗੱਲ ਮਿਲਦੀ ਹੈ ਤਾਂ ਉੱਥੇ ਬੈਠ ਜਾਓ ਜੀ, ਅਤੇ ਜੇ ਕਿਤੇ ਉਹਦੀ ਗੱਲ ਨਹੀਂ ਹੋ ਰਹੀ ਕੁਛ ਇੱਧਰ ਉੱਧਰ ਦੀਆਂ ਗੱਲਾਂ ਤਾਂ ਉੱਠ ਕੇ ਚੱਲਿਓ ਜੀ। ਬਸ ਇੰਨਾ ਹੀ ਮਸਲਾ, ਬਾਕੀ ਵਿਆਹ ਤੋਂ ਪਹਿਲਾਂ ਵੀ ਅਤੇ ਵਿਆਹ ਤੋਂ ਬਾਅਦ 'ਚ ਵੀ ਲਾਈਫ ਉਸ ਤਰ੍ਹਾਂ ਹੀ ਹੈ, ਭਗਵਾਨ ਨੇ ਬੜੇ ਸੌਖੇ ਰੱਖੇ ਜੀ। ਤਾਂ ਬਾਕੀ ਕੁੜੀ
ਕੁਟੀਆ 'ਚ ਕਲਾਸ ਹੈ, ਬੇਬੇ ਹੋਰਾਂ ਦੀ ਸੁਬਹਾ ਸ਼ਾਮ ਦੀ ਕਲਾਸ ਹੈ, ਬਾਕੀ ਸਾਰਾ ਦਿਨ ਜਦੋਂ ਵੀ ਮੈਂ ਫ੍ਰੀ ਹੁੰਦਾ ਤਾਂ ਕੁਟੀਆ ਜਾਂਦਾ ਤਾਂ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਦਾ ਹੈ, ਤਾਂ ਅੱਛੀਆਂ ਗੱਲਾਂ ਸਾਧੂ ਸੰਤਾਂ ਕੋਲ। ਮੇਰੇ ਖਿਆਲ 'ਚ ਅੱਜ ਦੇ ਸਮੇਂ 'ਚ ਜੋ 2016 ਬੋਲਦਾ ਤਾਂ ਅੱਜ ਦੇ ਸਮੇਂ 'ਚ ਸ਼ਬਦ ਗੁਰੂ ਹੈ ਸਾਡਾ, ਅਸੀਂ ਮੰਨਦੇ ਹਾਂ, ਤਾਂ ਉਸ ਬਾਣੀ ਨੂੰ ਸਮਝਣ ਦੇ ਲਈ ਮੇਰੇ ਖਿਆਲ 'ਚ ਉਹਦੇ ਘਰ ਦਾ ਕੋਈ ਬੰਦਾ, ਨੇੜੇ ਦਾ ਬੰਦਾ ਲਾਜ਼ਮੀ ਹੈ, ਕਿਉਂਕਿ ਮਨ ਇੰਨੇ ਮੈਲੇ ਹੋਏ ਪਏ ਹੈ ਕਿ ਹੁਣ ਸਮਝੋ ਬਾਹਰ ਹੋਈ ਪਈ ਹੈ ਗਾਣੀ, ਤਾਂ ਇਸ ਕਰਕੇ ਹੁਣ ਕਰਮ ਵਾਲੇ ਹੈ ਉਹ। ਤਾਂ ਮੈਂ ਆਪਣੇ ਆਪ ਨੂੰ ਕਹਿੰਦਾ ਹੁੰਦਾ ਕਿ ਮੈਂ, ਮੇਰਾ ਕੋਈ ਚੰਗਾ ਕਰਮ ਸੀ ਪਿਛਲੇ ਜਨਮ 'ਚ ਕਿ ਮੈਨੂੰ ਇਸ ਵਾਰੀ ਰੱਬ ਨੇ ਬੇਬੇ ਦਾ ਸੰਗ ਦਿੱਤਾ ਹੈ, ਤਾਂ ਉਹ ਰੱਬ ਦਾ ਨੇੜੇ ਦਾ ਬੰਦਾ ਹੈ। ਤਾਂ ਜਦੋਂ ਉਹਨਾਂ ਕੋਲ ਬੈਠੀ ਦਾ ਇੱਕ ਅੱਛੀ ਵਾਈਬ੍ਰੇਸ਼ਨ, ਅੱਛਾ ਔਰਾ ਇੱਕ, ਤਾਂ ਉਹਦੇ 'ਚ ਬਸ ਉਹੀ ਤੁਹਾਡੇ ਵਾਲੀ ਗੱਲ ਕਨੈਕਸ਼ਨ, ਤਾਂ ਅੱਛਾ ਲੱਗਦਾ ਹੈ। ਇਸ ਕਰਕੇ ਸਾਰਾ ਕੁਛ ਬੈਲੈਂਸ ਕੀਤਾ ਹੋਇਆ ਹੈ ਉਸ ਭਗਵਾਨ ਨੇ, ਕਿ ਸਭ ਕੁਛ ਅੱਛਾ ਹੈ, ਆਸਾ ਪਾਸਾ ਬਹੁਤ ਅੱਛਾ ਹੈ, ਸਭ ਸੱਜਣ ਮਿੱਤਰ, ਗੱਲਾਂ ਕਰਨ ਵਾਲੇ, ਗੱਲਾਂ ਸਮਝਣ ਵਾਲੇ, ਸਮਝਾਉਣ ਵਾਲੇ, ਸਾਰੇ ਬਹੁਤ ਵਧੀਆ ਦਿੱਤੇ ਹੋਏ ਆ। ਬਾਕੀ ਹੁਣ ਇਹ ਹੈ ਕਿ ਕਿਰਪਾ, ਬੇਬੇ ਹੋਣੀ ਕਲਾਸ 'ਚ ਵੀ ਕਹਿੰਦੇ ਹੁੰਦੇ ਆ ਕਿ ਕਿਰਪਾ ਜਿਹੜੀ ਪਹਿਲੀ ਕਿਰਪਾ ਹੈ ਨਾ, ਉਹ ਜਿਸ ਦਿਨ ਸਾਨੂੰ ਇਹ ਮਾਨਸ ਦੇਹ ਮਿਲ ਗਈ ਤਾਂ ਸਭ ਤੋਂ ਪਹਿਲੀ ਕਿਰਪਾ ਸਾਡੇ 'ਤੇ ਭਗਵਾਨ ਨੇ ਇਸ ਦਿਨ ਕਰਤੀ। ਦੂਸਰੀ ਕਿਰਪਾ ਉਹ ਕਹਿੰਦੇ ਹੁੰਦੇ ਆ ਕਿ ਜਿਸ ਦਿਨ ਤੁਸੀਂ ਕਿਸੇ ਸਤਸੰਗ 'ਚ ਬਹਿ ਗਏ, ਕਿਸੇ ਗੁਰੂ ਪੀਰ ਫਕੀਰ ਕਿਸੇ ਫਕਰ ਕਿਸੇ ਮਹਾਂਪੁਰਸ਼ ਦੀ ਸੰਗਤ 'ਚ ਬਹਿ ਗਏ ਤਾਂ ਉਹਨੇ ਰੱਬ ਘਰ ਦੀਆਂ ਗੱਲਾਂ ਦੱਸਤੀਆਂ, ਸਾਨੂੰ ਆਉਣ ਦਾ ਮਕਸਦ ਦੱਸਤਾ, ਤਾਂ ਦੂਸਰੀ ਕਿਰਪਾ ਉਸ ਦਿਨ ਹੋ ਗਈ। ਹੁਣ ਜਿਹੜੀ ਤੀਸਰੀ ਕਿਰਪਾ ਹੈ ਦੋਸਤਾ, ਉਹ ਹੁਣ ਕਿਸੇ ਨੇ ਨਹੀਂ ਕਰਨੀ ਜੀ। ਹੁਣ ਜੇ ਤੁਸੀਂ ਮੈਨੂੰ ਦੱਸਤਾ ਕਿ ਦੋਸਤਾ ਕਬਰ ਸਿਆਂ ਗੁੜਵਾਲਾ ਰਖਾਈ ਸ਼ੁਗਰ ਹੋ ਜੂ, ਤੁਸੀਂ ਤਾਂ ਮੈਨੂੰ ਦੱਸਤਾ ਨਾ, ਹੁਣ ਉਸ ਤੋਂ ਬਾਅਦ ਗੁੜ ਤਾਂ ਮੈਂ ਬੰਦ ਕਰਨਾ ਨਾ। ਹੁਣ ਜੇ ਮੈਂ ਤੁਹਾਨੂੰ ਆਖਾਂ, ਅੱਜ ਰੁਝਾਨ ਇਹੀ ਹੈ ਸਾਡੀ ਕੌਮ ਦਾ, ਰੁਝਾਨ ਇਸੇ ਪਾਸੇ ਹੀ ਹੈ, ਬਾਕੀਆਂ ਬਾਰੇ ਮੈਂ ਬਹੁਤਾ ਨਹੀਂ ਜਾਣਦਾ, ਕਿ ਅਸੀਂ ਕਿਰਪਾ ਕਿਸੇ ਤੋਂ ਕਰਵਾਉਣੀ ਚਾਹੁੰਦੇ ਹਾਂ ਕਿ ਤੂੰ ਬਖਸ਼ ਮੈਨੂੰ, ਤੂੰ ਮੇਰੇ 'ਤੇ ਕਿਰਪਾ ਕਰ, ਨਹੀਂ ਭਗਵਾਨ ਕਹਿੰਦੇ ਝੂਠ ਬੋਲਦੇ ਆ ਉਹ ਲੋਕ। ਤਾਂ ਹੁਣ ਤੀਸਰਾ ਕੰਮ ਮੈਨੂੰ ਕਰਨਾ ਪੈਣਾ ਕਿ ਮੈਂ ਸੱਚ ਬੋਲਣਾ, ਮੈਂ ਹੱਕ ਦੀ ਖਾਣੀ ਹੈ, ਬਾਬੇ ਨਾਨਕ ਵਾਲੀ ਕਿਰਤ ਕਰਕੇ ਖਾਣੀ ਹੈ, ਵੰਡ ਕੇ ਖਾਣੀ ਹੈ। ਤਾਂ ਹੁਣ ਉਹ ਕੰਮ ਤਾਂ ਮੈਨੂੰ ਕਰਨੇ ਪੈਣੇ ਆ ਨਾ। ਹੁਣ ਜੇ ਮੈਂ ਆਖਾਂ ਕਿ ਮੈਨੂੰ ਕੋਈ ਬਾਬਾ, ਕੋਈ ਮਹਾਂਪੁਰਸ਼ ਕੋਈ ਘੋਲ ਕੇ ਕੁਛ ਪਿਆ ਦੇ, ਤਾਂ ਇਸ ਤਰ੍ਹਾਂ ਦੀ ਖੇਡ ਨਹੀਂ ਹੈ ਇਹ। ਸਭ ਦਾ ਆਪੋ ਆਪਣਾ ਸੁਭਾਅ ਹੈ, ਬੰਦਗੀ ਦੇ ਰਸਤੇ 'ਚ ਤੁਸੀਂ ਹੋ ਸਕਦਾ ਮੇਰੇ ਤੋਂ ਅੱਗੇ ਹੋਵੋ, ਤਾਂ ਤੁਹਾਡਾ ਗਿਆਨ ਧਿਆਨ ਮੇਰੇ ਤੋਂ ਅੱਗੇ ਹੋਵੇ। ਤਾਂ ਹੁਣ ਇਹ ਸਾਰਿਆਂ ਲਈ ਸੇਮ ਨਹੀਂ ਹੈ, ਸਾਰਿਆਂ ਦਾ ਆਪੋ ਆਪਣਾ ਸੁਭਾਅ ਹੈ, ਆਪੋ ਆਪਣੀ ਨੇਚਰ ਹੈ, ਤਾਂ ਉਸ ਮੁਤਾਬਕ ਅਸੀਂ ਕੰਮ ਕਰਨਾ ਬਸ ਆਪਣੇ ਆਪ 'ਤੇ। ਤਾਂ ਇਸ ਕਰਕੇ ਸਾਰਾ ਕੁਛ, ਹੁਣ ਗੱਲਾਂ ਜੀਆਂ ਤਾਂ ਸਾਰੀਆਂ ਦਾ ਪਤਾ ਲੱਗ ਗਿਆ, ਪਰ ਹੁਣ ਜਦੋਂ ਕਰਦੇ ਹਾਂ ਤਾਂ ਫਿਰ ਪੈਰ ਪੈਰ 'ਤੇ ਹਾਰਦੇ ਹਾਂ ਜੀ, ਹਾਰਦੇ ਹਾਂ ਫਿਰ, ਕਿਉਂਕਿ ਬਹੁਤ ਦੂਰ ਲੰਘੇ ਜੀ। ਇਸ ਕਰਕੇ ਦੁਆ ਹੈ ਕਿ ਮਾਲਕ ਸਾਨੂੰ ਬਖਸ਼ੇ, ਸਾਡੇ 'ਤੇ ਰਹਿਮ ਕਰੇ, ਤਰਸ ਕਰੇ ਸਾਡੇ ਸਾਰਿਆਂ 'ਤੇ, ਵਿਛੜੇ ਹੋਏ ਹੈ ਬਸ ਐਸੀ ਮੱਤ ਦੇਵੇ, ਆਪਦੀ ਮੱਤ ਨਾਲ ਜੋੜ ਕੇ ਰੱਖੇ, ਤਾਂ ਫਿਰ ਸਭ ਕੁਛ ਕਲੀਅਰ ਹੋ ਜਾਣਾ ਜੀ। ਜੀ ਕਮਰ ਭਾਈ ਸਾਹਿਬ, ਤੁਹਾਡੇ ਜਿਹੜੇ ਥੋਟਸ ਆ ਇੰਨੇ ਕਲੀਅਰ ਨੇ, ਔਰ ਕਿਸੇ ਨੇ ਜਿਵੇਂ ਕਿਹਾ ਕਿ ਇਨਸਾਨ ਉਹੀ ਬਣਦਾ ਜਿੰਨੇ ਵਧੀਆ ਉਹਨਾਂ ਦੇ ਵਿਚਾਰ ਆ, ਜੋ ਸੋਚਦਾ ਹੈ। ਅਤੇ ਤੁਸੀਂ ਜਦੋਂ ਰਿਆਜ਼ ਕਰਦੇ ਹੋ, ਉਸ ਵੇਲੇ ਤੁਹਾਡੇ ਦਿਮਾਗ ਵਿੱਚ ਕਿਹੋ ਜਿਹੇ ਥੋਟਸ ਹੁੰਦੇ ਨੇ ਜੋ ਤੁਸੀਂ ਰਿਆਜ਼ ਕਰਦੇ ਹੋ, ਤੁਸੀਂ ਸੰਗੀਤ ਕਰਦੇ ਹੋ? ਹੁਣ ਮੈਂ ਸਪੈਸ਼ਲੀ ਰਿਆਜ਼ ਨਹੀਂ ਕਰਦਾ ਦੋਸਤਾ, ਜਿਵੇਂ ਛੋਟੇ ਹੁੰਦਿਆਂ ਹੁੰਦਾ ਸੀ ਕਿ ਉਹ ਤਾਂ ਮੈਂ 7-7-8 ਘੰਟੇ ਦੀ ਮੇਰੀ ਸਿਟਿੰਗ ਹੁੰਦੀ ਸੀ। ਤਾਂ ਹੁਣ ਇੱਦਾਂ ਹੁੰਦਾ ਕਿ ਮਹੀਨੇ 'ਚ 15-20 ਦਿਨ ਤਾਂ ਮੈਂ ਗਾਉਣਾ ਹੈ ਪੰਜਾਬ 'ਚ, ਕਿਉਂਕਿ ਉੱਥੇ ਪ੍ਰੋਗਰਾਮ ਬਹੁਤ ਜ਼ਿਆਦਾ ਹੁੰਦੇ ਆ, ਤਾਂ 15-20 ਦਿਨ ਤਾਂ ਮੇਰੇ ਉੱਧਰ ਲੰਘ ਜਾਂਦੇ ਆ। ਤਾਂ ਬਾਕੀ ਜਦੋਂ ਵੀ ਮੈਂ ਕੁਟੀਆ ਹੁੰਦਾ ਤਾਂ ਉਦੋਂ ਬੇਬੇ ਹੋਰਾਂ ਕੋਲ ਬੈਠ ਕੇ ਗਾਉਂਦੇ ਹਾਂ ਅਸੀਂ, ਕਿਉਂਕਿ ਉਹਨਾਂ ਨੂੰ ਸੰਗੀਤ ਨਾਲ ਬਹੁਤ ਇਸ਼ਕ ਹੈ। ਤਾਂ ਉਹਨਾਂ ਨੂੰ ਕੀਰਤਨ ਕਰਨਾ, ਹੋਰ ਰੱਬ ਘਰ ਦੀਆਂ ਗੱਲਾਂ ਗਾਉਣੀਆਂ, ਹੋਰ ਸੂਫੀ ਜਿਸ ਤਰ੍ਹਾਂ ਦਾ ਮੈਂ ਸਟੇਜ 'ਤੇ ਗਾਉਣਾ,
ਤਾਂ ਇਸ ਤਰ੍ਹਾਂ ਦੀ ਰੰਗਤ ਉਹਨਾਂ ਨੂੰ ਬਹੁਤ ਅੱਛੀ ਲੱਗਦੀ ਹੈ ਕਿ ਬੈਠ ਮੇਰੇ ਕੋਲ ਗਾ। ਤਾਂ ਬਸ ਇਹੀ ਮੇਰਾ ਰਿਆਜ਼ ਆ ਹੁਣ, ਜਿਵੇਂ ਅੱਜ ਸ਼ਾਮ ਦਾ ਪ੍ਰੋਗਰਾਮ ਹੈ ਤਾਂ ਹੁਣ 3 ਘੰਟੇ ਉੱਥੇ ਜਿੰਨਾ ਵੀ ਸਮਾਂ ਦੇਊਗਾ ਆਪਾਂ ਨੂੰ, ਤਾਂ ਉਹ ਮੇਰਾ ਰਿਆਜ਼ ਹੀ ਹੈ। ਕਿਉਂਕਿ ਉਸ ਵੇਲੇ ਕੋਈ ਹੁਣ ਇਹ ਚਿੰਤਾ ਨਹੀਂ ਹੈ ਕਿ ਉੱਥੇ, ਹਾਂ ਅੱਛੀ ਸੰਗਤ ਤੁਹਾਨੂੰ ਇਹਨਾਂ ਗੱਲਾਂ ਤੋਂ ਪਾਸੇ ਕਰ ਦਿੰਦੀ ਹੈ। ਹੁਣ ਜਿਵੇਂ ਮੈਂ ਕੱਲ੍ਹ ਦਾ ਆਇਆ ਹੋਇਆ, ਪਰਸੋਂ ਰਾਤ ਦਾ ਆਇਆ ਹੋਇਆ, ਤਾਂ ਹੁਣ ਹਰ ਇੱਕ ਬੰਦੇ ਦੀ ਇੱਕ ਦੌੜ ਹੈ ਇੱਥੇ, ਔਰ ਹੋਣੀ ਵੀ ਚਾਹੀਦੀ ਹੈ ਮੇਰੇ ਖਿਆਲ 'ਚ ਇਹਨਾਂ ਦੀ, ਕਿਉਂਕਿ ਇਹਨਾਂ ਨੇ ਹੁਣ ਐਡਾ ਵੱਡਾ ਕਾਰਜ ਆਰੰਭਿਆ ਕਿ ਹਾਲ 'ਚ ਲੋਕ ਆਉਣਗੇ, ਅਸੀਂ ਵੱਧ ਤੋਂ ਵੱਧ ਲੋਕ ਸੱਦਣੇ ਆ। ਤਾਂ ਮੇਰੇ, ਮੈਂ ਬੜੀ ਇਮਾਨਦਾਰੀ ਨਾਲ ਕਹਿ ਰਿਹਾ ਕਿ ਮੈਨੂੰ ਚਿੰਤਾ ਹੀ ਨਹੀਂ ਹੈ ਜੀ। ਮੇਰੇ ਨਹੀਂ, ਉਹ ਭਾਵੇਂ ਉੱਥੇ ਇੱਕ ਬੰਦਾ ਬੈਠਾ ਹੋਵੇ, ਭਾਵੇਂ 1000 ਬੈਠਾ ਹੋਵੇ, 2000 ਜਿੰਨੇ ਵੀ ਬੈਠੇ ਹੋਣ, ਤਾਂ ਉੱਥੇ ਮੇਰੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਮੈਂ ਇਸ ਮਿਊਜ਼ਿਕ ਨੂੰ ਫੀਲ ਕਰਕੇ ਔਰ ਸਾਰਿਆਂ ਨੂੰ ਸਾਧ ਸੰਗਤ ਮੰਨ ਕੇ ਉੱਥੇ ਇੱਕ ਵਾਈਬ੍ਰੇਸ਼ਨ ਨੂੰ ਫੀਲ ਕਰਕੇ ਮੈਂ ਆਪਦਾ ਅੱਛਾ ਅੱਛਾ ਗਾਵਾਂ ਬਸ ਜੀ। ਤਾਂ ਮੇਰਾ ਇੰਨਾ ਹੀ ਹੈ। ਤਾਂ ਜੇ ਹੁਣ ਮੈਂ ਉਹ ਚਿੰਤਾ ਲੈ ਕੇ ਬਹਿ ਜੂੰਗਾ ਕਿ ਲੋਕ ਪਤਾ ਨਹੀਂ ਆਉਣਗੇ ਕਿ ਨਹੀਂ, ਤਾਂ ਪ੍ਰੋਗਰਾਮ ਪਤਾ ਨਹੀਂ ਕਿਵੇਂ ਹੋਊਗਾ, ਗਲਾ ਪਤਾ ਨਹੀਂ ਠੀਕ ਰਹੂਗਾ ਕਿ ਨਹੀਂ ਜੀ, ਤਾਂ ਫਿਰ ਉਹ ਚਿੰਤਾ ਹੈ। ਤਾਂ ਚਿੰਤਾ ਤਾਂ ਸਿਆਣੇ ਕਹਿੰਦੇ ਚਿਖਾ ਸਮਾਨ ਹੈ, ਇਹ ਤਾਂ ਜਿਉਂਦੇ ਬੰਦੇ ਨੂੰ ਸਾੜਦੀ ਹੈ। ਤਾਂ ਇਸ ਕਰਕੇ ਸਭ ਰਿਲੈਕਸ, ਜੋ ਹੋ ਰਿਹਾ ਸੋ ਵਾਹ ਵਾਹ ਹੀ ਹੈ। ਔਰ ਇੱਕ ਤੁਸੀਂ ਤਾਂ ਮੇਰੇ ਤੋਂ ਉਮਰ 'ਚ ਵੱਡੇ ਹੋ, ਇੱਕ ਬੜੀ ਸੋਹਣੀ ਗੱਲ ਕਿਸੇ ਵਿਦਵਾਨ ਨੇ ਕਹੀ ਹੈ ਕਿ ਇਸ ਬ੍ਰਹਿਮੰਡ ਦੇ ਵਿੱਚ ਸਭ ਕੁਛ ਹੋਣ ਤੋਂ ਬਾਅਦ ਕੁਛ ਨਹੀਂ ਹੁੰਦਾ, ਸਭ ਕੁਛ ਹੋਣ ਤੋਂ ਬਾਅਦ ਵੀ ਇੱਥੇ ਕੁਛ ਵੀ ਨਹੀਂ ਹੁੰਦਾ। ਇੱਥੇ ਲੱਖਾਂ ਦੀ ਗਿਣਤੀ 'ਚ ਮੌਤਾਂ ਹੋ ਗਈਆਂ ਇਕੱਠੀਆਂ, ਵੱਡੀਆਂ ਵੱਡੀਆਂ ਟ੍ਰੇਨਾਂ ਖਾਈਆਂ 'ਚ ਡਿੱਗ ਪਈਆਂ, ਜਵਾਨ ਪੁੱਤ ਚਲੇ ਗਏ ਮਾਵਾਂ ਦੇ, ਕਈ ਨਸ਼ਿਆਂ ਨੇ ਖਾ ਲਏ, ਕਈ ਮਾਇਆ 'ਚ ਇੰਨੇ ਗੁਲਤਾਨ ਹੋ ਗਏ। ਤਾਂ ਉਸ ਤੋਂ ਬਾਅਦ ਕੀ ਹੋਇਆ? ਤੁਹਾਡੀ ਫੈਮਿਲੀ 'ਚ ਦੇਖੋ ਬਹੁਤ ਲੋਕ ਚਲੇ ਗਏ, ਮੇਰੀ ਫੈਮਿਲੀ 'ਚ ਬਹੁਤ ਲੋਕ ਚਲੇ ਗਏ। ਤਾਂ ਜਿਸ ਦਿਨ ਗਏ ਹੈ ਉਸ ਟਾਈਮ ਇੱਕ ਵਕਤੀ ਜਾਂ ਸਾਨੂੰ ਇੱਕ ਝਟਕਾ ਜਿਹਾ ਲੱਗਿਆ, ਤਾਂ ਥੋੜ੍ਹੇ ਦਿਨਾਂ ਬਾਅਦ ਨੇਚਰ ਨੇ ਸਾਨੂੰ ਫਿਰ ਸਟੇਬਲ ਕਰਤਾ। ਤਾਂ ਇਸ ਕਰਕੇ ਇਹ ਸਾਡਾ ਸੈਟਅਪ ਹੈ ਕਿ ਅਸੀਂ ਥੋੜ੍ਹਾ ਜਿਹਾ ਨੀਵਾਂ ਘੱਟ ਜਾਂਦੇ ਹਾਂ, ਪਰ ਭਗਵਾਨ ਨੇ ਸਾਨੂੰ ਬੜਾ ਕੁਛ ਦਿੱਤਾ ਹੋਇਆ। ਇੱਥੇ ਚਿੰਤਾ ਦਾ ਵਿਸ਼ਾ ਨਹੀਂ ਹੈ, ਇੱਥੇ ਚਿੰਤਨ ਦਾ ਵਿਸ਼ਾ ਹੈ ਕਿ ਅਸੀਂ ਹਰ ਇੱਕ ਚੀਜ਼ ਨੂੰ ਸਮਝੀਏ ਕਿ ਇਹਦੇ ਪਿੱਛੇ ਕੀ ਹੈ, ਕਿਉਂਕਿ ਹਰ ਇੱਕ ਚੀਜ਼ ਪਿੱਛੇ ਭਗਵਾਨ ਹੀ ਹੈ ਨਾ, ਭਗਵਾਨ ਹੀ ਹੈ। ਤਾਂ ਸਭ ਕੁਛ ਕਰ ਰਿਹਾ ਬਾਬਾ ਉਹ, ਇੱਥੇ ਕੋਈ ਫਿਕਰ ਵਾਲੀ ਗੱਲ ਹੀ ਨਹੀਂ ਹੈ ਕੋਈ। ਮੈਂ ਕਹਿੰਦਾ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਅੱਜ ਦੀ ਦੁਨੀਆ ਦੇ ਵਿੱਚ ਸਾਨੂੰ ਇਹੋ ਜਿਹੀ ਸ਼ਖਸੀਅਤ ਮਿਲੀ ਹੈ ਜਿਹਨਾਂ ਦੀ ਆਪਸੀ ਪਿਆਰ ਔਰ ਜੋ ਗਿਆਨ ਉਹਨਾਂ ਦੀ ਗਾਇਕੀ ਵਿੱਚ ਛਲਕਦਾ ਹੈ। ਦੋਸਤੋ, ਇਹ ਮੌਕਾ ਗਵਾਓ ਨਾ, ਅੱਜ ਸ਼ਾਮ ਨੂੰ ਇਹਨਾਂ ਦਾ ਸ਼ੋਅ ਹੈ, ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਆ ਕੇ ਆਪਣੇ ਆਪ ਦਾ ਅੰਦਰ ਸਵਾਰ ਲਓ। ਧੰਨਵਾਦ, ਜੈ ਹਿੰਦ। ਮੇਰੇ ਵੱਲੋਂ ਜੀ ਤੁਹਾਡੇ ਇਸ ਚੈਨਲ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਔਰ ਸਤਿਕਾਰ ਹੈ, ਰੱਬ ਰਾਜ਼ੀ ਰੱਖੇ ਸਾਰਿਆਂ ਨੂੰ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।